ਉਹ ਇੰਸਟਾਗ੍ਰam ਅਕਾਊਂਟ ਤੁਸੀਂ ਦੋ ਆਪਣੀ ਸਕਰੀਨ ਉੱਪਰ ਦੇਖ ਸਕਦੇ ਜਿੱਥੇ ਕੀ ਆਪਣੇ ਗੁਰੂਆਂ ਦੀਆਂ ਫੋਟੋ ਨੂੰ ਐਡਿਟ ਕਰਕੇ ਗਲਤ ਮਲਤ ਐਡਿਟ ਕਰਕੇ ਉਹਨਾਂ ਨੂੰ ਅਪਲੋਡ ਕੀਤਾ ਜਾਂਦਾ ਤੁਸੀਂ ਇਹ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਵੀ ਜਰੂਰ ਕਰਦੇ ਤੇ ਪਹਿਲਾਂ ਜਾ ਕੇ ਇੰਸਟਾਗ੍ਰam ਤੇ ਇਹ ਅਕਾਊਂਟ ਸਰਚ ਕਰਕੇ ਤੇ ਇਸ ਦੇ ਉੱਪਰ ਰਿਪੋਰਟਾਂ ਜਰੂਰ ਮਾਰ ਕੇ ਆਇਓ ਕਿਉਂਕਿ ਇਹ ਬੰਦਾ ਜਿਹੜਾ ਕਿ ਆਪਣੇ ਗੁਰੂਆਂ ਦੀਆਂ ਫੋਟੋ ਨੂੰ ਐਡਿਟ ਕਰਕੇ ਗਲਤ ਦਿਖਾਉਣ ਦੀ ਕੋਸ਼ਿਸ਼ ਪਰ ਕੱਲ ਇਸ ਅਕਾਊਂਟ ਦੇ ਐਡਮਿਨ ਦੀ ਫੋਟੋ ਕਹਿ ਕੇ ਇੰਸਟਾਗ੍ਰam ਪੇਜਾਂ ਦੇ ਉੱਪਰ ਪਾਈ ਗਈ ਸੀ ਜੋ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉ ਐਡਮਿਨ ਜਿਹੜਾ ਕਿ ਉਹ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਇਸ ਨੇ ਪਹਿਲਾਂ ਵੀ ਕਈ ਵਾਰ ਫੋਟੋਆਂ ਐਡਿਟ ਕੀਤੀਆਂ ਨੇ ਤੇ ਜਦੋਂ ਇਸ ਦਾ ਅਕਾਊਂਟ ਬੰਦ ਹੋ ਜਾਂਦਾ ਤਾਂ ਇਹ ਹੋਰ ਅਕਾਊਂਟ ਬਣਾ ਕੇ ਫੋਟੋਆਂ ਪਾਉਣੀਆਂ ਸ਼ੁਰੂ ਕਰ ਦਿੰਦਾ ਹੈਗਾ ਆਪਾਂ ਉੱਥੇ ਹੀ ਇਸੇ ਅਕਾਊਂਟ ਦੇ ਉੱਪਰ ਇੱਕ ਹੋਰ ਫੋਟੋ ਪੈਂਦੀ ਜਿੱਥੇ ਕਿ ਇਹ ਬੰਦਾ ਐਡਮਿਨ ਖੁਦ ਲਿਖਦਾ ਕਿ ਲੋ ਜੇ ਸਿੱਖ ਕਿਸੇ ਔਰ ਬੰਦੇ ਦਾ ਫੋਟੋ ਬਣਾਕਰ ਮੇਰੇ ਕੋ ਬਤਾ ਰਹੇ ਹਨ ਕਿ ਜੇ ਮੈਂ ਹੂੰ ਮੈਂ ਫੋਟੋ ਮੈਂ ਪਹਿਲੇ ਹੀ ਬੋਲ ਰਹਾ ਹੂੰ ਮੇਰਾ ਫੋਟੋ ਨਹੀਂ ਨਹੀਂ ਹੈ ਕਿਸੇ ਵੀ ਰੈਂਡਮ ਇਨੋਸੈਂਟ ਬੰਦੇ ਕੋ بیچ ਮੇ ਨਾ ਲਾਓ ਜਬ ਤੱਕ ਕੋਈ ਪ੍ਰੂਫ ਨਹੀਂ ਹੈ ਤੁਮ ਲੋਗੋ ਕੇ ਪਾਸ ਹੈ ਤੇ ਇਹ ਬੰਦਾ ਕਹਿ ਰਿਹਾ ਕਿ ਇਹ ਮੈਂ ਨਹੀਂ ਹੈਗਾ ਬਾਕੀ ਤੁਸੀਂ ਹੋਰ ਕੁਝ ਨਹੀਂ ਕਰਨਾ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਤੇ ਜਾ ਕੇ ਇੰਸਟਾਗ੍ਰam ਦੇ ਉੱਪਰ ਇਸ ਅਕਾਊਂਟ ਦੇ ਉੱਪਰ ਰਿਪੋਰਟ ਜਰੂਰ ਮਾਰ ਕੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦੇ ਕਿ ਇਹ ਜੇ ਲੋਕਾਂ ਨੂੰ ਕਿਉਂ ਨਹੀਂ ਚਾਹਦਾ ਰੱਬ